ਵਿਜੇ ਸਾਗ ਤਿਆਰ ਹੋ ਗਿਆ ਲਓ ਜੀ। ਤੇ ਦੇਖੋ ਮੱਖਣ ਉਹ ਪਿਆ ਜੇ, ਦਹੀਂ ਆ ਪਈ ਜੇ, ਤੇ ਤੁਹਾਡੇ ਪਸੰਦ ਦੀਆਂ ਕੌਲੀਆਂ ਇੱਧਰ ਨੇ ਲੱਸੀ ਹੁੰਦੀ ਹੈ ਜਾਂ ਵਧੀਆ ਯਾਰ ਨਾ, ਤੁਹਾਡਾ ਤਾਂ ਕੁਝ ਕਹਿਣਾ ਹੀ ਨਹੀਂ ਵੀ ਜਿਹੜੀ ਚੀਜ਼ ਹੈਗੀ ਹੈ ਉਹਨੂੰ ਨਹੀਂ ਦੇਖਣਾ ਉਹ ਵਧੀਆ ਨਹੀਂ ਦੂਜੇ ਨੂੰ। ਦੇਖੋ ਯੈਸ ਛੋਟੇ ਹੁੰਦੇ ਲੱਸੀ ਨਹੀਂ, ਬਾਜਰੇ ਮੱਕੀ ਤੇ ਦੀ ਰੋਟੀ, ਮੱਖਣ ਤੇ ਲੱਸੀ। ਉਹ ਫਿਰ ਮਾਂ ਦਾ ਸੀ ਨਾ, ਘਰ ਵਾਲੀ ਦਾ ਤੇ ਬਿਨਾਂ ਵੀ ਉਹਦੇ ਖਾਧਾ ਖਾਣਾ ਹੀ ਪੈਣਾ। ਤੇ ਇਹ ਦੇਖੋ ਜਰਾ ਮੱਕੀ ਦੀ ਰੋਟੀਆਂ ਵੀ ਮੈਂ ਬਣਾ ਦਿੱਤੀਆਂ ਨੇ, ਲਓ ਹੁਣ ਤੁਸੀਂ ਪਾ ਲਓ। ਦਹੀਂ ਦਹੀਂ ਇੰਨੀ ਮਿੱਠੀ ਹੈ, ਦਹੀਂ ਖਾਊਂਗਾ, ਇੰਨੀ ਸਵਾਦ ਹੈ, ਖਾਓ ਨਾ। ਸਾਗ ਖਾ ਕੇ ਤਾਂ ਰਾਮਪੁਰਾ ਯਾਦ ਆ ਜਾਂਦਾ। ਹਾਂ ਰਾਮਪੁਰਾ ਕਿਉਂ ਯਾਦ ਆਉਂਦਾ, ਮੇਰਾ ਯਮੁਨਾ ਨਗਰ ਕੋਈ ਨਹੀਂ ਆਉਂਦਾ। ਉਹ ਵੀ ਯਾਦ ਆ ਜਾਂਦਾ, ਰਾਮਪੁਰਾ ਤਾਂ ਤੁਹਾਡੇ ਉਹਨਾਂ ਦੇ ਦੋਵੇਂ ਮਾਂ ਯਾਦ ਆ ਜਾਂਦੀ। ਹਾਂ ਪਿੰਡ ਵਾਲੇ ਜਿਹੜੇ ਪਿੰਡ ਵਾਲੇ ਤੁਹਾਡੇ ਬੰਦੇ ਸੀ ਸਾਹਿਬ, ਉਹ ਬਹੁਤ ਸਵਾਦ ਸੀਗੇ। ਤੇ ਸਾਡੇ ਜਦੋਂ ਛੋਟੇ ਸਾਡੇ ਤਾਂ ਹੁੰਦੀ ਸੀ ਮਾਰੂ ਬਾਣਾ ਦੀ ਸਰੋਂ ਐਨ ਪੂਰੀ ਤੇ ਮੱਕੀ ਦੀ ਰੋਟੀ, ਸਾਗ, ਘਿਓ ਵਿੱਚ ਘਿਓ ਪਾਉਂਦੇ, ਜਦੋਂ ਮੱਖਣ ਨਹੀਂ ਪਾਉਂਦੇ। ਦੇਖ ਲੋ ਆਪਣੀ ਆਪਣੀ ਮਾਂ ਨੂੰ ਹਰ ਕੋਈ ਯਾਦ ਕਰ ਲਿਆ। ਮੈਂ ਬਣਾਉਣ ਲੱਗੇ ਆਪਣੀ ਮਾਂ ਨੂੰ ਯਾਦ ਕੀਤਾ ਔਰ ਇਹਨਾਂ ਨੇ ਖਾਣ ਲੱਗੇ ਯਾਦ ਕਰ ਲਿਆ। ਠੀਕ ਹੈ ਚਲੋ, ਮਾਵਾਂ ਤਾਂ ਯਾਦ ਆਉਂਦੀਆਂ ਹੀ ਆ ਤੇ ਕਿਉਂਕਿ ਮਾਵਾਂ ਦੇ ਹੱਥ ਦਾ ਤਾਰੇ ਚ ਬਣਾਉਂਦੇ ਹੁੰਦੇ ਸਾਗ। ਹਾਂ ਮੈਂ ਵੀ ਅੱਜ ਤੌੜੀ ਚ ਬਣਾਇਆ, ਤੌੜੀ ਚ ਬਣਿਆ ਹੋਇਆ ਸਾਗ ਹੈ, ਬਹੁਤ ਸਵਾਦ ਨਾਲ ਖਾਵਾਂਗੇ। ਮੈਂ ਵੀ ਟੇਸਟ ਕਰਾਂ ਕਿੱਦਾਂ ਦਾ ਲੱਗ ਰਿਹਾ। ਮੈਂ ਵੈਸੇ ਢਾਈ ਹਫ਼ਤੇ ਬਾਅਦ ਰੋਟੀ ਖਾ ਰਿਹਾ। ਹਾਂ ਜੀਐਮ ਡਾਈਟ ਤੋਂ ਬਾਅਦ ਰੀਅਲੀ ਓਏ ਸਾਗ ਰੀਅਲੀ। ਮੈਂ ਮੈਨੂੰ ਅੱਗੇ ਵੀ ਦੱਸ ਰਹੀ ਸੀ ਬਣਾਉਂਦਿਆਂ ਬਣਾਉਂਦਿਆਂ ਵੀ ਆਪਾਂ ਪਾਕਿਸਤਾਨ ਕਿਸੇ ਦੇ ਘਰ ਗਏ ਸੀ ਨਾ, ਉਹਨਾਂ ਨੇ ਸਾਗ ਖਵਾਇਆ ਸੀ, ਕਿਆ ਬਾਤ ਸੀ, ਨਨਕਾਣਾ ਸਾਗ, ਬਹੁਤ ਅੱਛਾ ਸਾਗ ਸੀ। ਮੇਰਾ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ, ਅਤੇ ਅੱਗੋਂ ਵੀ ਤੁਸੀਂ ਇੱਦਾਂ ਹੀ ਦੇਖਦੇ ਰਹੋ।